ठीक है। हम खाना खा के जाओ जी। नहीं नहीं, थैंक यू थैंक यू। चंडीगढ़ तो तुम अगर टाइम दे सर, एक्चुअली साढ़े ना फास्टिंग चलते हैं, अभी 9 तरीक तो बाद वेले हो, उस तो बाद अपना प्रोग्राम बढ़ा। गुड फ्राइडे जी, आज दोस्त तो दो ओके हमें इतिहास से हो जो के ना जी आ रहे हो सर। सर पास जी सर, हां जी एक सेकंड। हां जी माछे फुलोते हैं, चलो आ जाओ आ जाओ, कोई नहीं विक्की जी आ जाओ। एडवर्ट जी, पहली पंजाब की राजनीतिक पार्टी बनने जा रही है, पहले तो ओरे बारे दस्सो पार्टी है की है, किस मुद्दे पे काम करने वाली है, ता इदु जेड़ा की है लीड कौन कर रहा है। ਇਹ ਭਾਅ ਜੀ ਯੂਨਾਈਟਿਡ ਪੰਜਾਬ ਪਾਰਟੀ ਦੇ ਨਾਂ ਦੇ ਉੱਤੇ ਇਹ ਪਾਰਟੀ ਨੇ ਸ਼ੁਰੂਆਤ ਕੀਤੀ ਹੈ, ਅਤੇ ਇਹ ਸਾਨੂੰ ਸੁਭਾਗਿਆ ਮਿਲਿਆ ਆ ਕਿ ਪੰਜਾਬ ਦਾ ਮਸੀਹ ਭਾਈਚਾਰਾ ਇਹਦੀ ਨੀਂਹ ਰੱਖਣ ਜਾ ਰਿਹਾ ਆ। ਅਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਹੈ, ਚਾਹੇ ਪੰਜਾਬ ਦੇ ਵਾਸਤੇ ਵਿੱਚ ਵੱਸਦੇ ਹਿੰਦੂ, ਮੁਸਲਿਮ, ਸਿੱਖ, ਬੋਧੀ, ਪਾਰਸੀ ਅਤੇ ਸਾਡੇ ਹੋਰ ਵੀ ਦਲਿਤ ਭਾਈਚਾਰੇ ਦੇ ਕਿਸੇ ਵੀ ਕੁੱਲ ਕਬੀਲੇ ਦੇ ਜਿਹੜੇ ਇਨਸਾਨ ਨੇ ਉਹ ਇਸ ਪਾਰਟੀ ਦਾ ਹਿੱਸਾ ਹੋਣਗੇ। ਜਿਸ ਤਰ੍ਹਾਂ ਦੂਸਰੀਆਂ ਪਾਰਟੀਆਂ ਬਣਦੀਆਂ ਨੇ, ਉਸੇ ਤਰ੍ਹਾਂ ਹੀ ਇਹ ਪਾਰਟੀ ਬਣੇਗੀ, ਅਤੇ ਉਸੇ ਤਰ੍ਹਾਂ ਹੀ ਇਹ ਸੱਚਾਈ ਦੇ ਉੱਤੇ ਸਮਾਜ ਦੀ ਸੇਵਾ ਕਰੇਗੀ। ਵੀ ਅਸੀਂ ਇਹ ਨਹੀਂ ਕਿ ਅਸੀਂ ਕਹੀਏ ਕੁਛ ਤਾਂ ਕਰੀਏ ਕੁਛ, ਕਿਉਂਕਿ ਅਸੀਂ ਖੁਦਾ ਦੇ ਡਰ ਭੈ ਦੇ ਵਿੱਚ ਚੱਲਣ ਵਾਲੇ ਲੋਕ ਹਾਂ, ਅਤੇ ਉਹਦੀ ਅਧੀਨਗੀ ਦੇ ਵਿੱਚ ਹੀ ਅਸੀਂ ਇਹ ਕੰਮ ਕਰਨਾ ਹੈ। ਇੱਕ ਚੀਜ਼ ਕਲੀਅਰ ਨਹੀਂ ਹੋ ਰਹੀ ਹੈ ਕਿ ਲੀਡ ਕੌਣ ਕਰ ਰਿਹਾ, ਕਿਉਂਕਿ ਹਜੇ ਤੱਕ ਇਹ ਚੀਜ਼ ਕਲੀਅਰ ਨਹੀਂ ਹੋ ਰਹੀ ਕਿ ਮੇਨ ਮੁਖੀ ਕੌਣ ਹੋਵੇ। ਮੇਨ ਮੁਖੀ ਜਾਂ ਪੋਲੀਟੀਕਲ ਗੱਲ ਕਰੀਏ ਤਾਂ ਉਹਦਾ ਮੇਨ ਮੁਖੀ ਐਲਬਰਟ ਦੂਆ ਨੂੰ ਬਣਾ ਦਿੱਤਾ ਗਿਆ ਆ ਜੀ, ਜਿਹਦੇ ਵਿੱਚ ਬਹੁਤ ਵੱਡਾ ਯੋਗਦਾਨ ਪੈਂਟੀਕੋਸਟਲ ਕ੍ਰਿਸਚਨ ਪ੍ਰਬੰਧਕ ਕਮੇਟੀ ਦਾ ਆ, ਅਤੇ ਸਾਡੇ ਨਾਲ ਸਹਿਯੋਗੀ ਡਾਇਸਿਸ ਆਫ ਜਲੰਧਰ ਅਤੇ ਨਾਲ ਹੀ ਸਾਡੀ ਡਾਇਸਿਸ ਆਫ ਚੰਡੀਗੜ੍ਹ, CNI, ਸੈਲਵੇਸ਼ਨ ਆਰਮੀ, ਮੈਥੋਡਿਸਟ, ਸਾਰੇ ਚਰਚ ਇਹਦੇ ਵਿੱਚ ਸਾਡੇ ਸਹਿਯੋਗੀ ਨੇ, ਅਤੇ ਜਿਹੜੇ ਸਾਡੇ ਲਈ ਦੁਆਵਾਂ ਕਰਨਗੇ। ਅਤੇ ਗੱਲ ਧਰਮ ਦੀ ਆਸਥਾ ਅਤੇ ਉਹਨਾਂ ਦੀ ਪੈਰੋਕਾਰੀ ਦੇ ਹੇਠ ਹਰ ਇੱਕ ਪ੍ਰੋਗਰਾਮ ਚੱਲਦਾ ਆ। ਜੇ ਅਸੀਂ ਭਾਰਤ ਦਾ ਇਤਿਹਾਸ ਵੀ ਦੇਖੀਏ, ਅਤੇ ਜਿੱਥੇ ਜਿੱਥੇ ਸਾਡੇ ਅਸੀਂ ਜੇ ਇਤਿਹਾਸ ਦੀ ਗੱਲ ਕਰੀਏ ਆਪਣੇ ਭਾਰਤ ਦੀ, ਅਤੇ ਉੱਥੇ ਕਿਤੇ ਨਾ ਕਿਤੇ ਰਾਜ ਮਾਤਾ, ਰਾਜ ਪਿਤਾ ਅਤੇ ਰਾਜ ਯੋਗੀ ਰਹਿੰਦੇ ਰਹੇ ਨੇ, ਅਤੇ ਉਸੇ ਤਰੀਕੇ ਦੇ ਨਾਲ ਸਾਡੇ ਦੁਆਵਾਂ ਦੇ ਲਈ ਸਾਡੇ ਧਾਰਮਿਕ ਆਗੂ ਸਾਡੇ ਲਈ ਪ੍ਰੇਰ ਕਰਨਗੇ, ਅਤੇ ਉਹ ਸਾਨੂੰ ਪ੍ਰੇਰਣਾ ਵੀ ਦੇਣਗੇ ਕਿ ਕਿਹੜੇ ਦਿਸ਼ਾ ਨਿਰਦੇਸ਼ 'ਤੇ ਅਸੀਂ ਕੰਮ ਕਰਨਾ ਆ। ਅਤੇ ਇਹਦੇ ਹੇਠਾਂ ਜਿਹੜੀ ਸੈਂਟਰ ਕਮੇਟੀ ਦਾ ਗਠਿਤ ਕਰ ਦਿੱਤਾ ਗਿਆ ਆ, ਅਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਡਿਸਟ੍ਰਿਕਟ ਕਮੇਟੀਆਂ ਅਤੇ ਹਲਕਾ ਕਮੇਟੀਆਂ ਵੀ ਬਣਾਈਆਂ ਜਾਣਗੀਆਂ, ਹਲਕਾ ਇੰਚਾਰਜ ਲਾਏ ਜਾਣਗੇ, ਅਤੇ ਉਹਦੇ ਵਿੱਚ ਹਰ ਵਰਗ ਨੂੰ ਹਿੱਸੇਦਾਰ ਬਣਾਇਆ ਜਾਏਗਾ ਤਾਂ ਕਿ ਇਨਸਾਨੀਅਤ ਦੀ ਅਸੀਂ ਸੇਵਾ ਕਰ ਸਕੀਏ। ਸਰ, ਇਹ ਪੋਲੀਟੀਕਲ ਪਾਰਟੀ ਬਣੀ ਹੈ, ਇਸੇ ਲਈ ਬਣੀ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਇਲੈਕਸ਼ਨ ਲੜਾ ਸਕੀਏ। ਜਿਮਨੀ ਮੈਂ ਪਹਿਲਾਂ ਵੀ ਦੱਸਿਆ ਕਿ ਅਸੀਂ ਜਲਦੀ ਸਾਡੀ ਹੁਣ ਕਮੇਟੀ ਬੈਠੇਗੀ, ਇਹ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਹੜੇ ਜ਼ਿਲ੍ਹੇ ਦੇ ਵਿੱਚ ਜਿਮਨੀ ਚੋਣ ਹੈ ਅਸੀਂ ਉੱਥੇ ਵੀ ਵੱਡੀ ਮੀਟਿੰਗ ਸੱਦਾਂਗੇ, ਅਤੇ ਉੱਥੇ ਨਿਰਣੇ ਲਿਆ ਜਾਏਗਾ ਕਿ ਜਿਮਨੀ ਚੋਣ ਦੇ ਵਿੱਚ ਅਸੀਂ ਆਪਣਾ ਕੈਂਡੀਡੇਟ ਖੜਾ ਕਰੀਏ। ਹਲੇ ਤਾਂ ਮੀਟਿੰਗ ਭਾਜੀ ਮੈਂ ਤੁਹਾਨੂੰ ਦੱਸਿਆ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ, ਅਤੇ ਮੀਟਿੰਗਾਂ ਜਲਦੀ, ਅੱਜ ਕੱਲ੍ਹ ਫੋਨ ਦਾ ਜ਼ਮਾਨਾ ਜੀ, ਇੰਟਰਨੈਟ ਦਾ ਜ਼ਮਾਨਾ, ਇਮੀਡੀਏਟਲੀ ਸਾਰਾ ਕੁਝ ਇਕੱਠੇ ਹੋ ਜਾਂਦਾ। ਪਾਰਟੀ ਦਾ ਮੇਨ ਮੋਟਿਵ ਇਹੀ ਹੈ ਕਿ ਜਿਹੜਾ ਕਲੰਕ ਸਾਡੇ ਨੌਜਵਾਨਾਂ 'ਤੇ ਰਾਜਨੀਤੀ ਵੱਲੋਂ ਲਾਇਆ ਜਾਂਦਾ ਹੈ ਕਿ ਪੰਜਾਬ ਦਾ ਨੌਜਵਾਨ, ਜਿਹੜਾ ਗੱਭਰੂ ਨੌਜਵਾਨ, ਸਾਡੀਆਂ ਅਣਖੀਲੀਆਂ ਮੁਟਿਆਰਾਂ ਗਿੱਧਾ ਕਿੱਕਲੀ ਪਾਉਂਦੀਆਂ, ਅਤੇ ਜਿਹੜਾ ਸਾਡਾ ਗੱਭਰੂ ਕਬੱਡੀ ਹਾਕੀ ਦੇ ਵਿੱਚ ਮੱਲਾਂ ਮਾਰਨ ਵਾਲਾ, ਅੱਜ ਇਹਨਾਂ ਨੇ ਰਾਜਨੀਤਿਕ ਪਾਰਟੀਆਂ ਨੇ ਉਹਨਾਂ 'ਤੇ ਕਲੰਕ ਲਾਤਾ ਕਿ ਇਹ ਨਸ਼ੇੜੀ ਹੈ। ਉਹ ਕਲੰਕ ਲਾਉਣ ਦੇ ਲਈ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਉਪਲਬਧ ਕਰਾਵਾਂਗੇ, ਤਾਂ ਕਿ ਸਾਡਾ ਪੰਜਾਬ ਦਾ ਨੌਜਵਾਨ ਕਲੰਕ ਤੋਂ ਬਚਣ ਦੇ ਲਈ ਆਪਣੀਆਂ ਪਛਤੈਨੀ ਜ਼ਮੀਨਾਂ ਵੇਚ ਕੇ ਬਾਹਰਲੇ ਮੁਲਕਾਂ ਦੇ ਵਿੱਚ ਨਾ ਜਾਵੇ, ਉਹਨੂੰ ਸਾਰੀ ਉਹਦੀ ਹੱਕ ਦੀ ਕਮਾਈ ਇੱਥੇ ਮਿਲੇ, ਤਾਂ ਕਿ ਉਹਨੂੰ ਇੱਦਾਂ ਦੇ ਕਲੰਕ ਨਾ ਸਹਿਣੇ ਪੈਣ। ਪੂਰਾ ਫਰਕ ਪਏਗਾ ਜੀ। ਅੱਜ ਤੱਕ ਅਸੀਂ 1947 ਤੱਕ ਸਾਡੇ ਲੋਕ ਅੱਖਾਂ ਬੰਦ ਕਰਕੇ ਅਤੇ ਬੜੇ ਵਿਸ਼ਵਾਸ ਦੇ ਨਾਲ ਉਹਨਾਂ 'ਤੇ ਯਕੀਨ ਕਰਦੇ ਆਏ ਆ। ਹੁਣ ਵੀ ਜਿਹੜੀ ਪਾਰਟੀ ਬਣੀ ਸੀ ਉੱਤੇ ਬੜਾ ਯਕੀਨ ਸੀ, ਪਰ ਸਾਲ ਹੋਣ ਲੱਗਿਆ, ਪਰ ਅੱਜ ਤੱਕ ਸਾਡੇ ਭਾਈਚਾਰੇ ਨੂੰ ਨਾ ਮੈਨੀਫੈਸਟੋ 'ਚ ਨਾ ਗਜ਼ਟ 'ਚ ਰੱਖਿਆ ਗਿਆ, ਜਿਹਦਾ ਕਰਕੇ ਅਸੀਂ ਇਹ ਘਬਰਾਹਟ ਮਹਿਸੂਸ ਕੀਤੀ ਅਤੇ ਕਮਿਊਨਿਟੀ ਨੇ ਨਿਰਣੇ ਲਿਆ। ਅਸੀਂ ਬਾਕੀ ਕਮਿਊਨਿਟੀ ਨੂੰ ਨਾਲ ਲੈ ਕੇ ਚੱਲਣਾ ਹੈ ਜੀ, ਜਦੋਂ ਨਾਲ ਲੈ ਕੇ ਚੱਲਾਂਗੇ ਗੁਲਦਸਤੇ ਦੇ ਉਹ ਵੀ ਫੁੱਲ ਹੋਣਗੇ, ਅਤੇ ਕਿਉਂ ਨਹੀਂ ਉਹਨਾਂ ਦੀ ਵੋਟ ਆਊਗੀ, ਕਿਉਂਕਿ ਜੇ ਉਹ ਸਾਡੀ ਐਜੂਕੇਸ਼ਨ ਪੋਲਿਸੀ 'ਤੇ ਯਕੀਨ ਕਰਦੇ ਆ, ਸਾਡੀ ਹੈਲਥ ਕੇਅਰ 'ਤੇ ਵਿਸ਼ਵਾਸ ਕਰਦੇ ਆ, ਤਾਂ ਇੱਕ ਵਾਰ ਜਦ ਅਸੀਂ ਵਿਸ਼ਵਾਸ ਪਿੱਛੇ ਕਰਦੇ ਆਏ ਤਾਂ ਉਹਨਾਂ ਨੂੰ ਵੀ ਵਿਸ਼ਵਾਸ ਕਰਨਾ ਪਵੇਗਾ। ਪੰਜਾਬ ਲੈਵਲ ਤੋਂ ਸ਼ੁਰੂਆਤ ਕਰਾਂਗੇ, ਜੇ ਸਾਡੇ ਕੰਮ ਨਾਲ ਦੀਆਂ ਸਟੇਟਾਂ ਨੂੰ ਚੰਗੇ ਲੱਗਣਗੇ ਅਸੀਂ ਉੱਥੇ ਵੀ ਸੇਵਾ ਨਿਭਾਵਾਂਗੇ। ਠੀਕ ਹੈ।
नहीं देखो मेरे भाईचारे की पार्टी है, मैं ये गल नहीं कितने भी आखी मेरा किसी नाल कोई लैण देण नहीं, मैं इन्हां दे विच तां विचरना, यही तो मेरा परिवार है। हाँ राजनीतिक दे नाल मेरा कोई लैण देण नहीं, ना आने वाली चोणां दे नाल, और मैं एक धार्मिक शख्सियत दे वजों विचरदा हाँ, तो एक धार्मिक शख्सियत दे वजों ही विचरांगा। इनू 35 अगस्त क्रिश्चन प्रबंधक कमेटी ते अज जिहड़ी साडी पार्टी अनाउंस हुई है उहदे जिहड़े मुख प्रधान ने उहदी पूरी बॉडी है वह इनू करेगी डील। बिल्कुल नहीं सर, मैं 3-4 बारी डिनाई किया है, वो पार्टी दसेगी सर उन्होंने की करना है, मैं थोड़ी दस सकता। देखो ये बहुत सारे कारण है, ये इन्ने कारण है कि जो मैं गुणाउन लग पा खत्म नहीं होंगे, पर मैं एग्जाम्पल देना। जिमें 2011 दे विच सरकार ने एक नोटिफिकेशन जारी किया सी बई जिहड़ियां क्रिश्चन कम्यूनिटीज़ आ जां होर जिहड़ियां कम्यूनिटीज़ आ जदों उन्हां दे लोग अपनी जीवन यात्रा नूं पूरा करके जांदे आ ते उन्हां दी जिहड़ी मृतक देह है उहनूं धार्मिक रीति रिवाजां दे नाल दफनाउण दे लई जिहड़ी जगह आ उह दित्ती जावे, पर अज तक साडे क्रिश्चन कम्यूनिटी नूं बड़ा ही वड्डा चैलेंज आ कि जदों किसी की डैथ होंदी आ डेड बॉडी दफनाउण लई जगह है नहीं, ईवन दैन मेरे कपूरथला शहर में है नहीं, बठिंडा शहर में है नहीं। सो इदां दीआं बड़ियां प्रॉब्लम्स ने जिन्हां दा करके ये सारे लोगों ने आपस में सलाह करके एक बहुत वड्डे पद्धर दे उत्ते इनू मैनेज किया कि प्रॉब्लम्स नू सॉर्ट आउट करन दे लई। नहीं नहीं साडा किसी झुकाउण दे नाल मतलब नहीं है, मतलब साढ़े तो ये एलीगेशनस लगते हैं कि धर्म परिवर्तन करते हैं, यो मतलब कि बहुत सारिया चीज़ा ने जिन्हों असी डिफाइन नहीं कर सकते मीडिया के, वो साडे जिहड़े नेता ने वो डिफाइन करनगे कि केड़ी चीज़ की असलीयत की है, केड़ी चीज़ की भूमिका की है। फायदा होएगा कि क्रिश्चन कम्यूनिटी की एक सपोर्ट है, मगर थाने कचहरियाँ च जां अदर जगह पर जाना पैंदा तो ये लोग जाके साडी तरफदारी साडी गल रखणगे। देखो ये तो हुण वो ही दसणगे जे चंगे काम करनगे तो नैशनल लैवल ते जाणगे। दस सकते हैं सर उन्होंने अज तुहाडे सामने स्पीच दी। नहीं नहीं जुड़े होण दा नाल कोई बहुत वड्डा मायने नहीं रखता, जुड़े तो तुसीं भी सारे मेरे नाल आ, इस करके ए नहीं मायना हैगा, मतलब ये आ कि आपां एक एजेंडा आ जिहड़ा साडा, मतलब कि बई असी सेफ रहीए, मतलब कि साडी आस्था दे उत्ते भी कमेंट, साडी प्रेयर दे भी कमेंट, अगर असी बाहर कोई प्रोग्राम करना उत्थे भी कमेंट, असी चाहुंदे आ कि असी साडा देश आजाद है, संविधान ने जिहड़ी आजादी सानूं दित्ती आ उहदा आनंद असी भी माणी। बहुत बहुत धन्यवाद, थैंक यू, गॉड ब्लेस यू। सर साडा किसे चोण च कोई रोल नहीं है, इहो जिहा कुछ नहीं है। बहुत बहुत धन्यवाद, थैंक यू।